ਹੈਲੋ एवरीवन ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰਜੀ ਤੇ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਵਾਰਡ اٹੈਂਡੈਂਟ ਦੇ ਐਗਜ਼ਾਮ ਤੇ ਲਈ ਕਰੰਟ ਅਫੇਅਰ ਦੇ অতি ਮਹੱਤਵਪੂਰਨ ਪ੍ਰਸ਼ਨ ਕਵਰ ਕਰਾਂਗੇ ਜਿਨ੍ਹਾਂ ਦੇ ਤੁਹਾਡੇ ਐਗਜ਼ਾਮ ਵਿੱਚ ਆਉਣ ਦੇ 100% ਚਾਂਸ ਨੇ ਹਾਂਜੀ ਕਰੰਟ ਅਫੇਅਰ ਦੀ ਇਹ ਸੈਕੰਡ ਵੀਡੀਓ ਰਹੇਗੀ ਇਸ ਤੋਂ ਪਹਿਲਾਂ ਫਰਸਟ ਵੀਡੀਓ ਅਪਲੋਡ ਹੈ ਜਿਨ੍ਹਾਂ ਸਾਥੀਆਂ ਨੇ ਕਰੰਟ ਅਫੇਅਰ ਦੀ ਫਰਸਟ ਵੀਡੀਓ ਨਹੀਂ ਵੇਖੀ ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਉਸ ਦਾ ਲਿੰਕ ਮਿਲ ਜੇਗਾ ਉੱਥੋਂ ਜਾ ਕੇ ਤੁਸੀਂ ਉਹ ਵੀਡੀਓ ਜ਼ਰੂਰ ਵੇਖਣੀ ਹੈ ਕਿਉਂਕਿ ਤੁਹਾਡੇ ਇਗਜ਼ਾਮ ਵਿੱਚ ਤੁਹਾਨੂੰ ਕਰੰਟ ਅਫੇਅਰ ਤੋਂ 3 ਤੋਂ 4 ਕੁਐਸਚਨ ਜ਼ਰੂਰ ਵੇਖਣ ਨੂੰ ਮਿਲਣਗੇ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਨੂੰ ਆਪਣਾ ਫਰਸਟ ਕੁਐਸਚਨ ਹੈਗਾ ਸੁਖਮ ਦਰਸ਼ੀ ਤੋਂ ਵੇਖਣ ਤੇ ਕਰੋਨਾ ਵਾਇਰਸ ਦੀ ਸਰਚਨਾ ਕਿਸ ਤਰ੍ਹਾਂ ਦਿਖਾਈ ਦਿੰਦੀ ਹੈ ਫਰਸਟ ਕੁਐਸਚਨ ਹੀ ਵੈਰੀ ਇੰਪੋਰਟੈਂਟ ਹੈਗਾ ਚਾਰ ਆਪਸ਼ਨ ਨੇ ਫਸ ਦਿੱਤਾ ਜੀ ਕ੍ਰਾਊਨ ਸੈਕੰਡ ਆਪਸ਼ਨ ਹੈਗਾ ਫਿਸ ਥਰਡ ਆਪਸ਼ਨ ਹੈਗਾ ਲੰਗਸ ਤੇ ਫੋਰ ਦਿੱਤਾ ਹੈ ਰਿੰਗ ਹਾਂਜੀ ਸੁਖਮ ਦਰਸ਼ੀ ਤੋਂ ਵੇਖਣ ਤੇ ਕਰੋਨਾ ਵਾਇਰਸ ਦੀ ਸਰਚਨਾ 크라운 ਜਿਹੀ ਵਿਖਾਈ ਦਿੰਦੀ ਹੈ। ਇਸ ਕੁਐਸਚਨ ਦਾ ਆਪਸ਼ਨ ਨੰਬਰ 1 ਆਪਣਾ ਕਰੈਕਟ ਹੋ ਜਾਵੇਗਾ। ਸੈਕੰਡ ਕੁਐਸਚਨ ਵੀ ਇਸ ਦੇ ਨਾਲ ਰਿਲੇਟਿਡ ਹੀ ਹੈਗਾ। ਇਸ ਵਾਇਰਸ ਦਾ ਨਾਮ ਕਰੋਨਾ ਵਾਇਰਸ ਕਿਵੇਂ ਪਿਆ? ਚਾਰ ਆਪਸ਼ਨ ਨੇ ਫਸਟ ਹੈ ਜੀ 크라운 ਦੀ ਤਰ੍ਹਾਂ ਸਰਚਨਾ ਹੋਣ ਕਾਰਨ, ਸੈਕੰਡ ਆਪਸ਼ਨ ਹੈਗਾ ਕੀੜੇ ਦੀ ਤਰ੍ਹਾਂ ਸਰਚਨਾ ਹੋਣ ਕਾਰਨ, ਥਰਡ ਆਪਸ਼ਨ ਹੈਗਾ ਜੀ ਅੰਗੂਠੀ ਦੀ ਤਰ੍ਹਾਂ ਸਰਚਨਾ ਹੋਣ ਕਾਰਨ ਤੇ ਫੋਰਥ ਹੈਗਾ ਇਹਨਾਂ ਵਿੱਚੋਂ ਕੋਈ ਨਹੀਂ। ਹਾਂਜੀ ਹੁਣ ਇਹ ਆਪਾਂ ਪੜਿਆ ਹੈ। ਕਿ 크라운 ਦੀ ਤਰ੍ਹਾਂ ਸਰਚਨਾ ਹੋਣ ਕਾਰਨ ਇਸ ਦਾ ਨਾਮ ਕਰੋਨਾ ਵਾਇਰਸ ਪਿਆ ਤਾਂ ਇਸ ਕੁਸ਼ਚਨ ਦਾ অপਸ਼ਨ ਨੰਬਰ 1 ਆਪਣਾ கரੈਕਟ ਹੋ ਜਾਵੇਗਾ ਚਲਦੇ ਹਾਂ ਜੀ ਨੈਕਸਟ ਕੁਸ਼ਚਨ ਵੱਲ ਨੈਕਸਟ ਕੁਸ਼ਚਨ ਆਪਣਾ ਦਿੱਤਾ ਹੋਇਆ ਜੀ ਕਰੋਨਾ ਵਾਇਰਸ ਕਿਸ ਬਿਮਾਰੀ ਨਾਲ ਸੰਬੰਧਿਤ ਹੈ ਚਾਰ অপਸ਼ਨ ਨੇ ਫਸਤ ਦਿੱਤਾ ਹੈ ਸਾਰਸ ਸੈਕਿੰਡ অপਸ਼ਨ ਹੈਗਾ ਜੀ ਐਮਈਆਰਐਸ ਥਰਡ অপਸ਼ਨ ਹੈਗਾ ਏ ਤੇ ਬੀ ਦੋਵੇਂ ਤੇ ਫੋਰਥ ਹੈਗਾ ਨਨ ਆਫ ਥੀਸ ਹਾਂਜੀ ਆਪਾਂ ਦੱਸਣਾ ਹੈ ਕਰੋਨਾ ਵਾਇਰਸ ਕਿਸ ਬਿਮਾਰੀ ਨਾਲ ਸੰਬੰਧਿਤ ਹੈ ਤੇ ਇਸ ਕੁਸ਼ਨ ਦਾ অপਸ਼ਨ ਨੰਬਰ ਸੀ ਆਪਣਾ கரੈਕਟ ਹੋ ਜਾਵੇਗਾ SARS ਤੇ MERS ਹੁਣ ਆਪਾਂ ਨੂੰ SARS ਤੇ MERS ਦੀ ਫੁੱਲ ਫਾਰਮ ਦਾ ਪਤਾ ਹੋਣਾ ਚਾਹੀਦਾ ਹੈ SARS ਦੀ ਫੁੱਲ ਫਾਰਮ ਹੁੰਦੀ ਜੀ ਸੀਵियर ਐਕਿਊਟ ਰੈਸਪੀਰੇਟਰੀ ਸਿੰਡਰੋਮ ਫਿਰ ਤੋਂ ਰਿਪੀਟ ਕਰ ਦੇਣਾ ਸੀਵियर ਐਕਿਊਟ ਰੈਸਪੀਰੇਟਰੀ ਸਿੰਡਰੋਮ ਤੇ MERS ਦੀ ਫੁੱਲ ਫਾਰਮ ਹੁੰਦੀ ਹੈ ਜੀ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ ਫਿਰ ਤੋਂ ਰਿਪੀਟ ਕਰ ਦੇਣਾ ਮੀਡਲ ਈਸਟ ਰੈਸਪੀਰੇਟਰੀ ਸਿੰਡਰੋਮ ਚੱਲਦੇ ਆ ਜੀ ਨੈਕਸਟ ਕੁਐਸਚਨ ਵੱਲ ਆਪਣਾ ਨੈਕਸਟ ਕੁਐਸਚਨ ਆਂਦਾ ਹੈ ਪਹਿਲੀ ਵਾਰ ਕਰੋਨਾ ਵਾਇਰਸ ਦੀ ਪਛਾਣ ਕਦੋਂ ਹੋਈ ਚਾਰ ਆਪਸ਼ਨ ਨੇ 1960 1965 1970 ਤੇ 2019 ਜੀ ਸਭ ਤੋਂ ਪਹਿਲਾਂ ਕਰੋਨਾ ਵਾਇਰਸ ਦੀ ਪਛਾਣ ਹੋਈ ਸੀ ਜੀ 1960 ਵਿੱਚ ਇਸ ਕੁਐਸਚਨ ਦਾ ਆਪਸ਼ਨ ਨੰਬਰ ਏ ਆਪਣਾ ਕਰੈਕਟ ਹੋ ਜਾਂਦਾ ਹੈ ਹੁਣ ਚੱਲਦੇ ਆ ਨੈਕਸਟ ਕੁਐਸਚਨ ਵੱਲ कोरोना वायरस ਦੇ ਮੁੱਖ ਲੱਛਣ ਕੀ ਹਨ ਚਾਰ ਆਪਸ਼ਨ ਨੇ ਫਸ ਦਿੱਤਾ ਹੈ ਬੁਖਾਰ ਸੈਕਿੰਡ ਆਪਸ਼ਨ ਹੈਗਾ ਜੀ ਖਾਂਸੀ ਥਰਡ ਆਪਸ਼ਨ ਹੈਗਾ ਸਾਹ ਲੈਣ 'ਚ ਤਕਲੀਫ ਤੇ ਫੋਰਥ ਹੈਗਾ ਇਹ ਸਾਰੇ ਹਾਂਜੀ ਸਾਰਿਆਂ ਨੂੰ ਪਤਾ ਹੋਵੇਗਾ ਕੋਰੋਨਾ ਵਾਇਰਸ ਦੇ ਮੁੱਖ ਲੱਛਣ ਕੀ ਨੇ ਤਾਂ ਡੀ ਆਪਸ਼ਨ ਆਪਣਾ கரੈਕਟ ਹੋ ਜਾਵੇਗਾ ਇਹ ਸਾਰੇ ਬੁਖਾਰ ਖਾਂਸੀ ਸਾਹ ਲੈਣ 'ਚ ਤਕਲੀਫ ਇਹ ਸਾਰੇ ਕੋਰੋਨਾ ਵਾਇਰਸ ਦੇ ਲੱਛਣ ਹਨ ਚਲਦੇ ਹਾਂ ਜੀ ਨੈਕਸਟ ਕੁਐਸਚਨ ਵੱਲ ਨੈਕਸਟ ਕੁਐਸਚਨ ਆ ਜਾਂਦਾ ਜੀ ਕੋਵਿਡ 19 ਦੇ ਲਈ ਕਿਹੜਾ ਵਾਇਰਸ ਜ਼ਿੰਮੇਵਾਰ ਹੈ ਹਾਂਜੀ ਇਹ ਕੁਐਸਚਨ ਵੈਰੀ ਇੰਪੋਰਟੈਂਟ ਹੈਗਾ ਚਾਰ ਆਪਸ਼ਨ ਹੈ ਫਸਟ ਹੈਗਾ ਜੀ N1 H1 ਸੈਕੰਡ ਆਪਸ਼ਨ ਹੈਗਾ ਇਬੋਲਾ ਥਰਡ ਆਪਸ਼ਨ ਹੈਗਾ ਜੀ SARS ਕੋਵਿਡ 2 ਤੇ ਫੋਰਥ ਹੈਗਾ ਜੀ ਕੋਵਿਡ 19 ਹਾਂਜੀ ਕੋਵਿਡ 19 ਦੇ ਲਈ ਕਿਹੜਾ ਵਾਇਰਸ ਜ਼ਿੰਮੇਵਾਰ ਹੈ ਤਾਂ ਇਸ ਕੁਐਸਚਨ ਦਾ ਆਪਸ਼ਨ ਨੰਬਰ C ਆਪਣਾ ਕਰੈਕਟ ਹੋ ਜਾਵੇਗਾ SARS ਕੋਵਿਡ 2 ਨੈਕਸਟ ਕੁਐਸਚਨ ਵੱਲ ਚੱਲਦੇ ਆ ਕਿਹੜੇ ਰਾਜ ਨੇ ਕੋਵਿਡ 19 ਦੇ ਲਈ ਆਪਰੇਸ਼ਨ ਸ਼ੀਲਡ ਸ਼ੁਰੂ ਕੀਤਾ ਚਾਰ ਆਪਸ਼ਨ ਨੇ ਫਸਟ ਹੈਗਾ ਜੀ ਮਹਾਰਾਸ਼ਟਰ ਸੈਕੰਡ ਆਪਸ਼ਨ ਹੈਗਾ ਦਿੱਲੀ ਥਰਡ ਆਪਸ਼ਨ ਹੈਗਾ ਪੰਜਾਬ ਤੇ ਫੋਰਥ ਦਿੱਤਾ ਹੈ ਉੱਤਰ ਪ੍ਰਦੇਸ਼ ਹਾਂਜੀ ਆਪਾਂ ਦੱਸਣਾ ਹੈ ਕਿਹੜੇ ਰਾਜ ਨੇ ਕੋਵਿਡ 19 ਦੇ ਲਈ ਆਪਰੇਸ਼ਨ ਸ਼ੀਲਡ ਸ਼ੁਰੂ ਕੀਤਾ ਤਾਂ ਇਹ ਕੀਤਾ ਜੀ ਦਿੱਲੀ ਸਰਕਾਰ ਨੇ ਆਪਸ਼ਨ ਨੰਬਰ B ਆਪਣਾ ਕਰੈਕਟ ਹੋ ਜਾਵੇਗਾ ਹਾਂਜੀ ਦਿੱਲੀ ਦੇ ਸੀਐਮ ਕੋਣ ਨੇ ਅਰਵਿੰਦ ਕੇਜਰੀਵਾਲ ਜੀ ਤੇ ਗਵਰਨਰ ਕੋਣ ਨੇ ਜੀ ਅਨਿਲ ਵੇਜਲ ਚਲਦੇ ਹਾਂ ਨੈਕਸਟ ਕੁਐਸਚਨ ਵੱਲ ਆਪਣਾ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਕਰੋਨਾ ਵਾਇਰਸ ਦੇ ਨਵੇਂ ਵਾਇਰਸ ਨੂੰ ਸਤਾਈ ਰੂਪ ਵਿੱਚ ਕੀ ਨਾਂ ਦਿੱਤਾ ਗਿਆ ਹਾਂਜੀ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ ਜੀ ਚਾਰ ਆਪਸ਼ਨ ਨੇ ਫਸਟ ਹੈਗਾ ਜੀ 2019 ਐਨ ਕੋਵ ਸੈਕੰਡ ਆਪਸ਼ਨ ਹੈਗਾ ਸਾਰਸ ਥਰਡ অপਸ਼ਨ ਹੈਗਾ ਜੀ ਕੋਵਿਡ 2 ਤੇ फोर्थ ਹੈਗਾ ਕਰੋਨਾ ਹਾਂਜੀ ਆਪਾਂ ਦੱਸਣਾ ਹੈ ਕਰੋਨਾ ਵਾਇਰਸ ਦੇ ਨਵੇਂ ਵਾਇਰਸ ਨੂੰ ਸਤਾਈ ਰੂਪ ਵਿੱਚ ਕੀ ਨਾਂ ਦਿੱਤਾ ਗਿਆ ਤਾਂ ਇਸ ਕੁਸ਼ਚਨ ਦਾ ਆਪਣਾ கரੈਕਟ ਆਨਸਰ ਹੋ ਜਾਂਦਾ ਹੈ অপਸ਼ਨ ਨੰਬਰ 1 2019 ਐਨ ਕੋਵ ਆ ਤੁਸੀਂ ਯਾਦ ਰੱਖਣਾ ਜੀ ਚੱਲਦੇ ਹਾਂ ਨੈਕਸਟ ਕੁਸ਼ਚਨ ਵੱਲ ਨੈਕਸਟ ਕੁਸ਼ਚਨ ਹੈਗਾ ਜੀ ਫੇਸਬੁਕ ਨੇ ਕਰੋਨਾ ਵਾਇਰਸ ਬਾਰੇ ਜਾਗਰੂਕਤਾ ਫੈਲਾਉਣ ਲਈ ਭਾਰਤ ਵਿੱਚ ਕਿਹੜਾ ਫੀਚਰ ਲਾਂਚ ਕੀਤਾ ਫਰਸਟ ਆਪਸ਼ਨ ਦਿੱਤਾ ਜੀ ਕਰੋਨਾ ਵਾਇਰਸ ਇਨਫੋਰਮੇਸ਼ਨ ਸੈਂਟਰ ਸੈਕੰਡ ਆਪਸ਼ਨ ਹੈਗਾ ਜੀ ਕਰੋਨਾ ਵਾਇਰਸ ਟਿਪਸ ਥਰਡ ਆਪਸ਼ਨ ਹੈਗਾ ਕਰੋਨਾ ਵਾਇਰਸ ਨਿਊਜ਼ ਤੇ ਫੋਰਥ ਦਿੱਤਾ ਜੀ ਨਨ ਆਫ ðiਜ਼ ਹਾਂਜੀ ਆਪਾਂ ਦੱਸਣਾ ਹੈ ਫੇਸਬੁਕ ਨੇ ਕਰੋਨਾ ਵਾਇਰਸ ਬਾਰੇ ਜਾਗਰੂਕਤਾ ਫੈਲਾਉਣ ਲਈ ਭਾਰਤ ਵਿੱਚ ਕਿਹੜਾ ਫੀਚਰ ਲਾਂਚ ਕੀਤਾ ਤਾਂ ਇਸ ਕੁਐਸਚਨ ਦਾ ਆਪਸ਼ਨ ਨੰਬਰ ਏ ਆਪਣਾ ਕਰੈਕਟ ਹੋ ਜਾਂਦਾ ਹੈ ਕਰੋਨਾ ਵਾਇਰਸ ਇਨਫੋਰਮੇਸ਼ਨ ਸੈਂਟਰ ਹਾਂਜੀ ਚੱਲਦੇ ਆਂ ਨੈਕਸਟ ਕੁਐਸਚਨ ਵੱਲ ਨੈਕਸਟ ਕੁਐਸ਼ਨ ਆਪਣਾ ਆ ਜਾਂਦਾ ਜੀ ਕਰੋਨਾ ਵਾਇਰਸ ਦਾ ਨਾਮ ਕਿਹੜੀ ਭਾਸ਼ਾ ਤੋਂ ਉਤਪੰਨ ਹੋਇਆ ਇਹ ਕੁਐਸ਼ਨ ਵੀ ਇੰਪੋਰਟੈਂਟ ਬਣ ਜਾਂਦਾ ਹੈ ਜੀ ਚਾਰ ਆਪਸ਼ਨ ਨੇ ਫਰਸਟ ਹੈ ਅੰਗਰੇਜ਼ੀ ਸੈਕੰਡ ਆਪਸ਼ਨ ਦਿੱਤਾ ਜੀ ਹਿੰਦੀ ਥਰਡ ਆਪਸ਼ਨ ਹੈਗਾ ਲਾਟਿਨ ਤੇ ਫੋਰਥ ਹੈਗਾ ਨਨ ਆਫ ðiਸ ਹਾਂਜੀ ਆਪਾਂ ਦੱਸਣਾ ਹੈ ਕਰੋਨਾ ਵਾਇਰਸ ਦਾ ਨਾਮ ਕਿਹੜੀ ਭਾਸ਼ਾ ਤੋਂ ਉਤਪੰਨ ਹੋਇਆ ਤਾਂ ਇਹ ਹੋਇਆ ਜੀ ਲਾਟਿਨ ਭਾਸ਼ਾ ਤੋਂ ਉਤਪੰਨ ਹੋਇਆ ਹੈ ਆਪਸ਼ਨ ਨੰਬਰ ਸੀ ਆਪਣਾ ਇਸ ਕੁਐਸ਼ਨ ਦਾ ਕਰੈਕਟ ਹੋ ਜਾਂਦਾ ਹੈ ਹਾਂਜੀ ਚੱਲਦੇ ਹਾਂ ਅੱਜ ਦੀ ਵੀਡੀਓ ਦੇ ਲਾਸਟ ਕੁਐਸ਼ਨ ਵੱਲ ਵਰਲਡ ਬੈਂਕ ਨੇ कोरोना वायरस ਤੋਂ ਪੀੜਤਾਂ ਲਈ ਕਿੰਨੀ ਤਨ ਰਕਸ਼ੀ ਦੇਣ ਦੀ ਕੋਸ਼ਨਾ ਕੀਤੀ ਹੈ ਹਾਂਜੀ ਇਹ ਕੁਸ਼ਣ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ ਚਾਰ ਆਪਸ਼ਨ ਨੇ ਫਸਤੀ ਤਜੀ 100 ਮਿਲੀਅਨ ਡਾਲਰ ਸੈਕੰਡ ਆਪਸ਼ਨ ਹੈਗਾ 12 ਮਿਲੀਅਨ ਡਾਲਰ ਥਰਡ ਆਪਸ਼ਨ ਹੈਗਾ ਜੀ 200 ਮਿਲੀਅਨ ਡਾਲਰ ਤੇ ਫੋਰਥ ਦਿੱਤਾ ਹੈ 50 ਮਿਲੀਅਨ ਡਾਲਰ ਹਾਂਜੀ ਵਰਲਡ ਬੈਂਕ ਨੇ ਕੋਰੋਨਾ ਵਾਇਰਸ ਤੋਂ ਪੀੜਤਾਂ ਲਈ 12 ਮਿਲੀਅਨ ਡਾਲਰ ਦੀ ਤਨ ਰਕਸ਼ੀ ਦੇਣ ਦੀ ਕੋਸ਼ਨਾ ਕੀਤੀ ਹੈ ਤਾਂ ਇਸ ਕੁਸ਼ਣ ਦਾ ਆਪਸ਼ਨ ਨੰਬਰ B ਆਪਣਾ ਕਰੈਕਟ ਹੋ ਜਾਂਦਾ ਹੈ ਹਾਂਜੀ ਫਰੈਂਡ ਅੱਜ ਦੀ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਆਪਣੇ ਸਾਥੀਆਂ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਹਾਂਜੀ ਵਾਰਡ ਅਟੈਂਡੈਂਟ ਦੇ ਐਗਜ਼ਾਮ ਤੇ ਲਈ ਸਾਡੇ ਚੈਨਲ ਤੇ ਮੈਰਾਥਨ ਕਲਾਸ ਵੀ ਅਪਲੋਡ ਨੇ ਇਸ ਤੋਂ ਇਲਾਵਾ ਰਿਵੀਜ਼ਨ ਕਲਾਸ ਹਸਪੀਟਲ ਕੇਅਰ ਹੋਮ ਬੇਸਟ ਕੇਅਰ ਦੀ ਕਲਾਸ ਵੀ ਅਪਲੋਡ ਨੇ ਤਾਂ ਤੁਸੀਂ ਉਹ ਕਲਾਸ ਪਲੇਲਿਸਟ ਵਿੱਚ ਜਾ ਕੇ ਵੇਖ ਸਕਦੇ ਹੋ ਹਾਂਜੀ ਮਿਲਦੇ ਹਾਂ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ ਟੇਕ ਕੇਅਰ